ਤੋਂ ਮਤਲਬ ਪ੍ਰਦੂਸ਼ਣ ਬੋਰਡ ਨੇ ਜੋ ਭੱਠਿਆਂ ਤੇ ਰੋਕ ਲਾਈ ਹੈ ਉਹਦੇ ਸੰਬੰਧ ਵਿੱਚ ਅਸੀਂ ਮਤਲਬ ਨਹੀਂ ਹੈ। ਜੋ ਲੇਬਰ ਸਾਡੀ 10 ਘੱਟੋ ਘੱਟ 10 ਲੱਖ ਦੇ ਲਗਭਗ ਹੈ ਜਿਹੜੇ ਮਜ਼ਦੂਰ ਸਾਡੇ ਬੇਰੁਜ਼ਗਾਰ ਹੋ ਗਏ ਹੈ। ਅੱਗੇ ਇੱਕ 10 ਤੋਂ ਹੀ ਪਠੇਲ ਸਾਡੀ ਸ਼ੁਰੂ ਹੁੰਦੀ ਸੀ। ਜੋ ਮੰਨ ਲਓ ਮਜ਼ਦੂਰ ਹੈ ਅੱਜ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਜਿਹੜੇ ਹਾਈ ਡਰਾਫਟ ਭੱਠੇ ਦਾ ਹਵਾਲਾ ਦਿੱਤਾ ਗਿਆ ਸੀ, ਜਿਹੜੇ ਭੱਠਾ ਮਾਲਕ ਹਾਈ ਡਰਾਫਟ ਬਣਾ ਰਹੇ ਹੈ ਉਹਨਾਂ ਭੱਠਾ ਮਾਲਕਾਂ ਨੂੰ ਭੱਠਾ ਚਲਾਉਣ ਦੀ ਆਗਿਆ ਦਿੱਤੀ ਜਾਵੇ, ਔਰ ਜੇ ਨਹੀਂ ਆਗਿਆ ਦਿੱਤੀ ਜਾਂਦੀ ਅਸੀਂ ਇਸ ਤੋਂ ਅੱਗੇ ਜਿਹੜਾ ਸੰਘਰਸ਼ ਹੋਰ ਤੇਜ਼ ਕਰਾਂਗੇ। ਅੱਗੇ ਭੱਠੇ ਸਾਲ ਦੇ ਵਿੱਚ ਕਿੰਨਾ ਚਿਰ ਚੱਲਦੇ ਸੀ, ਕਿੰਨਾ ਚਿਰ ਬੰਦ ਅੱਗੇ ਹੁੰਦੇ ਸੀ? ਸਾਲ ਦੇ ਵਿੱਚ ਜੀ ਭੱਠੇ ਸਾਡੇ ਚੱਲ ਜਾਂਦੇ 8 ਮਹੀਨੇ, ਜਿਹੜੇ ਹੁਣ ਇਹਨੇ ਸਰਕਾਰ ਨੇ ਮੰਨ ਲਓ 5 ਮਹੀਨੇ ਦਾ ਟਾਈਮ ਦਿੱਤਾ ਹੈ, ਉਹ ਫਰਵਰੀ ਤੋਂ ਮੰਨ ਲਓ ਮਾਰਚ ਅਤੇ ਮਾਰਚ ਤੋਂ ਅਪ੍ਰੈਲ ਅਪ੍ਰੈਲ ਤੱਕ ਭੱਠੇ ਚੱਲਣਗੇ ਅਤੇ ਜੂਨ ਤੱਕ ਜੀ ਇਹਨਾਂ ਨੇ ਬੰਦ ਕਰਵਾਤੇ ਹੈ। ਜੂਨ ਤੋਂ ਮੰਨ ਲਓ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਿਹੜੇ ਮਜ਼ਦੂਰ ਹੈ ਇਹ ਬੇਰੁਜ਼ਗਾਰ ਹੈ। ਮਜ਼ਦੂਰ ਦਿੱਤਾ ਜੀ ਅੱਜ ਤੋਂ ਲੈ ਕੇ ਚੁੱਲ੍ਹਾ ਬੰਦ ਹੋ ਗਿਆ ਜੀ। ਕਾਰਨ ਕੀ ਹੈ ਇਸ ਦੇ ਪਿੱਛੇ? ਕਾਰਨ ਜੀ ਇਹ ਵੀ ਮੰਨ ਲਓ ਜਿਹੜਾ ਪ੍ਰਦੂਸ਼ਣ ਬੋਰਡ ਹੈ ਇਹਨਾਂ ਨੇ ਹਾਈ ਡਰਾਫਟ ਮੰਨ ਲਓ ਭੱਠੇ ਬਣਾਉਣ ਵਾਸਤੇ ਕਿਹਾ ਸੀ ਅਤੇ ਜਿਹੜੇ ਭੱਠਾ ਮਾਲਕਾਂ ਨੇ ਹਾਈ ਡਰਾਫਟ ਭੱਠੇ ਬਣਾ ਲਏ ਹੈ ਅਤੇ ਉਹਨਾਂ ਨੂੰ ਤਾਂ ਆਗਿਆ ਦੇਣੀ ਚਾਹੀਦੀ ਹੈ। ਸਿੱਧੇ ਰੂਪ ਦੇ ਵਿੱਚ ਕਿੰਨੇ ਕੁ ਘਰ, ਕਿੰਨੇ ਕੁ ਪਰਿਵਾਰ, ਕਿੰਨੇ ਕੁ ਮਜ਼ਦੂਰ ਜਿਹੜੇ ਨੇ ਭੁੱਖਮਰੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਏ? ਇਹ 10 ਲੱਖ ਦੇ ਲਗਭਗ ਹੋ ਗਏ ਜੀ। ਅਤੇ ਹੁਣ ਤੁਹਾਡੀ ਮੰਗ ਕੀ ਹੈ ਇਸ ਬਾਰੇ? ਮੰਗ ਸਾਡੀ ਇਹ ਜੀ ਜਿਹੜੇ ਭੱਠੇ ਹੈ ਇੱਕ 10 ਤੋਂ ਹੀ ਚਾਲੂ ਕੀਤੇ ਜਾਣ। ਜੇ ਭੱਠੇ ਮਾਲਕ ਗਰੀਬ ਦੇ ਵਾਸਤੇ ਨਹੀਂ ਆਏ, ਕਿਸੇ ਸਰਕਾਰ ਨੇ ਵੀ ਨਹੀਂ ਚੰਗਾ ਕੀਤਾ, ਨਾ ਤਾਂ ਕਾਂਗਰਸ ਕਰਦੀ ਪਈ ਹੈ ਅਤੇ ਨਾ ਬੀਜੇਪੀ ਕਰਦੀ ਪਈ ਹੈ, ਮੋਦੀ ਮੋਦੀ ਹੁੰਦੀ ਰਹੀ ਹੈ, ਸਾਰਾ ਕੁਝ ਹੁੰਦਾ ਰਿਹਾ, ਪਰ ਅਸੀਂ ਤਾਂ ਫਿਰ ਬੇਕਾਰ ਹੋ ਚੁੱਕੇ ਹਾਂ ਬਸ। ਕਿੰਨੇ ਕੁ ਘਰ ਜਿਹੜੇ, ਕਿੰਨੇ ਕੁ ਮਜ਼ਦੂਰ ਨੇ? ਮਜ਼ਦੂਰ ਜੀ 10 ਲੱਖ ਤੋਂ ਘੱਟ ਨਹੀਂ ਮਜ਼ਦੂਰ ਹੈਗਾ ਜਿਹੜਾ ਭੱਠੇ ਦਾ ਕੰਮ ਸਾਰਾ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਚੱਲਦੇ ਪਏ ਨੇ ਅਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਇਹ ਲਿਖਿਆ, ਅਸੀਂ ਪਾਕਿਸਤਾਨ ਦੀ ਆਦਤ 'ਤੇ ਰਹਿੰਦੇ ਹਾਂ ਅਤੇ ਸਾਨੂੰ ਤਾਂ ਇੱਧਰ ਸਾਨੂੰ ਕੋਈ ਪ੍ਰਦੂਸ਼ਣ ਨਹੀਂ, ਕੁਛ ਨਹੀਂ, ਗੱਲ ਨਹੀਂ ਬਾਤ ਜੀ, ਗਰੀਬ ਸਾਰੇ ਸਾਡੇ ਜਿਹੜੇ ਨੇ ਨਾ ਇਹ ਇਸੇ ਬੱਟ ਹੀ ਰਹਿੰਦੇ ਨੇ ਸਾਲ ਆਪਣੇ। ਦੇ ਵਿੱਚ ਪਹਿਲਾਂ ਕਿੰਨਾ ਚਿਰ ਭੱਠਾ ਚੱਲਦਾ ਸੀ ਤਾਂ ਹੁਣ ਕਿੰਨਾ ਚਿਰ ਚੱਲਣਗੇ? ਉਹ ਅੱਗੇ ਚੱਲਦੇ ਸੀ 10-8 ਮਹੀਨੇ ਚੱਲਦੇ ਸੀ, ਵੀ ਆਪਦੀ ਮਰਜ਼ੀ ਨਾਲ ਬੰਦ ਕਰਦੇ ਸੀ ਚੱਲ, ਅਤੇ ਹੁਣ ਉਹਨਾਂ ਨੇ 5 ਮਹੀਨੇ ਚਲਾਉਣੇ ਨੇ, ਬੰਦ ਉਹਨਾਂ ਨੇ ਕਰ ਦਿੱਤੇ ਨੇ ਅਤੇ ਸਾਰੇ ਮਜ਼ਦੂਰ ਬਹੁਤ ਔਖੇ ਨੇ, ਰੋਜ਼ੀ ਨਾਦੀ ਤਾਂ ਹੁਣ ਖਤਮ ਹੋ ਚੁੱਲੀ ਹੈ, ਚੁੱਲ੍ਹੇ ਬਲਣ ਬੰਦ ਹੋ ਚੁੱਕੇ ਨੇ। ਠੀਕ, ਨਾਮ ਕੀ ਹੈ ਤੇ ਕੀ ਪ੍ਰੋਬਲਮ ਹੈ? ਉੱਚੀ ਆਵਾਜ਼ ਥੋੜਾ। ਹਾਂਜੀ, ਨਾਮ ਸੰਤਾ ਸਿੰਘ। ਅਸੀਂ ਜੀ 8 ਮਹੀਨੇ ਵਿਹਲੇ ਰਵਾਂਗੇ ਤੇ ਅਸੀਂ ਕਿੱਥੋਂ ਖਾਵਾਂਗੇ? ਸਾਡੇ ਬੱਚੇ ਨੇ, ਸਾਰਾ ਪਰਿਵਾਰ, ਅਸੀਂ ਕੰਮ ਕਰੀਦਾ 8 ਮਹੀਨੇ, 5 ਮਹੀਨੇ ਕੰਮ ਕੀਤਾ, ਸਾਡੇ ਚੁੱਲ੍ਹੇ ਵੀ ਬੰਦ ਹੋ ਗਏ, ਅਸੀਂ ਕਿੱਥੋਂ ਖਾਣਾ ਹੈ? ਸਾਡਾ ਰੁਜ਼ਗਾਰ ਹੀ ਇਹੋ ਹੈ, ਅਸੀਂ ਇੱਟਾਂ ਕੱਢੀ ਦਾ ਕੰਮ ਕਰੀਦਾ, ਮਿਹਨਤ ਕਰੀਦਾ, ਅਤੇ ਅਸੀਂ ਬੱਚੇ ਕਿੱਥੋਂ ਪਾਲਾਂਗੇ, ਪਰਿਵਾਰ ਕਿੱਥੋਂ ਪਾਲਾਂਗੇ? ਇੰਨਾ ਸਾਨੂੰ ਬੜਾ ਔਖਾ ਹੋ ਜਾਣਾ, ਸਾਡਾ ਸਾਰਾ ਰੁਜ਼ਗਾਰ ਹੀ ਬੰਦ ਹੋ ਗਿਆ ਹੈ। ਸਾਡੇ ਭੱਠੇ ਚਾਲੂ ਕੀਤੇ ਜਾਣ ਅਤੇ ਬੜੀ ਧੰਨਵਾਦੀ ਹੈ। ਅੱਗੇ ਕਿੰਨਾ ਚਿਰ ਭੱਠੇ ਚੱਲਦੇ ਅਤੇ ਕਿੰਨਾ ਚਿਰ ਬੰਦ? ਅੱਗੇ 8-9 ਮਹੀਨੇ ਚੱਲਦਾ ਜੀ, ਹੁਣ 4 ਮਹੀਨੇ ਵਿੱਚ ਤਾਂ ਸਾਡਾ ਕੁਝ ਨਹੀਂ ਬਣਨਾ, ਅਸੀਂ ਕਿੱਥੋਂ ਖਾਵਾਂਗੇ, ਬੱਚੇ ਕਿਵੇਂ ਪਾਲਾਂਗੇ, ਸਾਰਾ ਪਰਿਵਾਰ, ਇਸ 'ਤੇ ਧੀ ਪੁੱਤਰ ਦਾ ਕਿਸੇ ਦੀ ਸ਼ਾਦੀ ਕਰਨੀ, ਕਿਸ ਭਾਵਨਾ ਕਰਾਂਗੇ? ਸਾਰੀ ਜਨਤਾ ਬਹੁਤ ਔਖੀ ਹੋ ਗਈ ਹੈ। ਕਰ ਲਓ, ਅਸੀਂ ਇਹ ਕਹਿਣਾ ਚਾਹੁੰਦੇ ਵੀ ਅਸੀਂ 8 ਮਹੀਨੇ ਜੀ ਵਿਹਲੇ ਰਹਿ ਰਹੇ ਹਾਂ, ਹੈਂ, ਜਿਹੜਾ ਸਰਕਾਰ ਨੇ ਕਾਨੂੰਨ ਕੀਤਾ ਚਾਲੂ ਇਹ ਨਹੀਂ ਹੋਣਾ ਚਾਹੀਦਾ। ਕਿੰਨਾ ਚਿਰ ਤੁਹਾਨੂੰ ਹੁਣ ਰੁਜ਼ਗਾਰ ਮਿਲੇਗਾ ਅਤੇ ਕਿੰਨਾ ਚਿਰ ਨਹੀਂ ਮਿਲੇਗਾ? 5 ਮਹੀਨੇ ਜੀ। ਇੱਕ ਮਿੰਟ ਓਕੇ।